ਵੀਡੀਓ ਵਾਇਰਲ ਹੋਇਆ ਹ ਹ ਉਹਦੇ ਵਿੱਚ ਇੱਕ ਬਜ਼ੁਰਗ ਬਾਬਾ ਚਿੱਟੀ ਦਾੜੀ ਹੈ ਜਿਹਨਾਂ ਦੀ ਹਰੀ ਪਾਗ ਬੰਨੀ ਹੋਈ ਹੈ ਤੇ ਉਹ ਪੁਲਿਸ ਜਦੋਂ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੀ ਹੈ ਦਬਾਅ ਬਣਾ ਰਹੀ ਹੈ ਸੇਮ ਟਾਈਮ ਤੇ ਉਹ ਡਾਂਗ ਲੈ ਕੇ ਪੁਲਿਸ ਨੂੰ ਪੁੱਠੇ ਪੈ ਗਏ ਹ ਪੁਲਿਸ ਪਹਿਲਾਂ ਤਾਂ ਲਾਠੀ ਚਾਰਜ ਕਰ ਰਹੀ ਸੀ ਤੇ ਉਹਨਾਂ ਨੇ ਲਾਠੀ ਚਾਰਜ ਪੁਲਿਸ ਤੇ ਸ਼ੁਰੂ ਕਰਤਾ ਤੇ ਉਹ ਵੀਡੀਓ ਬਹੁਤ ਵਾਇਰਲ ਹੋ ਰਹੀ ਹੈ ਸਾਰੇ ਪਾਸੇ ਕੁਝ ਲੋਕਾਂ ਨੂੰ ਚੰਗੀ ਲੱਗ ਰਹੀ ਹੈ ਕੁੱਝ ਨੂੰ ਮਾੜੀ ਲੱਗ ਰਹੀ ਹੈ ਪਰ ਹੈ ਉਹ ਚਿੰਤਾ ਦਾ ਵਿਸ਼ਾ ਵੀ ਪੰਜਾਬ ਦੇ ਇਹ ਲੋਕ ਨੇ ਜਿਹੜੇ ਪੁਲਿਸ ਦੇ ਵਿੱਚ ਭਰਤੀ ਹੋਏ ਨੇ ਪੰਜਾਬ ਦੇ ਕਿਸਾਨ ਨੇ ਪੰਜਾਬ ਦਾ ਹੀ ਉਹ ਪਿੰਡ ਹੈ ਹਾਂ ਤੇ ਪੰਜਾਬ ਦੇ ਇਹ ਲੋਕ ਨੇ ਤੇ ਜਿਨ੍ਹਾਂ ਨੇ ਫੈਕਟਰੀ ਲਾਈ ਉਹ ਵੀ ਪੰਜਾਬ ਦੇ ਨੇ ਹੁਣ ਮਾਮਲਾ ਇਹ ਹੈ ਵੀ ਜੋ ਫੈਕਟਰੀ ਲੋਕਾਂ ਦਾ ਵਿਰੋਧ ਹੈ ਵੀ ਫੈਕਟਰੀ ਦਾ ਪਾਣੀ ਹੈ ਜਿਹੜਾ ਉਹ ਸਾਡੇ ਪਿੰਡ ਦੇ ਪਾਣੀ ਨੂੰ ਖਰਾਬ ਕਰ ਰਿਹਾ ਤੇ ਫੈਕਟਰੀ ਦੇ ਵਿੱਚ ਜਿਹੜਾ ਦੂਸ਼ਿਤ ਪਾਣੀ ਬਚਦਾ ਜੀ ਉਹਨੂੰ ਟ੍ਰੀਟ ਨਹੀਂ ਕੀਤਾ ਜਾਂਦਾ ਉਹਦੇ ਨਾਲ ਸਾਡਾ ਪਾਣੀ ਖਰਾਬ ਹੁੰਦਾ